ਸਤਿਕਾਰ ਜੀ, ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਹਰ ਵੀਕ ਆਉਂਦੇ ਹਾਂ ਅਸੀਂ ਬਿਜ਼ਨਸ ਆਫ ਦਾ ਵੀਕ ਲੈ ਕੇ, ਔਰ ਤੁਹਾਡੀ ਮੁਲਾਕਾਤ ਇੱਕ ਖਾਸ ਬਿਜ਼ਨਸਮੈਨ ਦੇ ਨਾਲ ਕਰਵਾਉਂਦੇ ਹਾਂ, ਔਰ ਕਿਵੇਂ ਉਹ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਵਿੱਚ ਉਹਨਾਂ ਸਾਰੇ ਸੁਪਨਿਆਂ ਨੂੰ ਸਾਕਾਰ ਕਰਕੇ ਅੱਜ ਹਰ ਕਿਸੇ ਦੀ ਲਾਈਫ ਚੇਂਜ ਕਰ ਰਹੇ ਹਨ। ਔਰ ਜਦ ਲਾਈਫ ਚੇਂਜ ਦੀ ਗੱਲ ਹੁੰਦੀ ਹੈ ਤਾਂ ਕਈ ਸਾਰੀ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਵਾ ਚੁੱਕਿਆ। ਅੱਜ ਮੈਂ ਜਿਹਦੇ ਨਾਲ ਤੁਹਾਨੂੰ ਮਿਲਵਾਵਾਂਗਾ, ਵੈਸੇ ਤਾਂ ਉਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ਼ ਨਹੀਂ ਹੈਗੇ, ਲੇਕਿਨ ਜਦ ਗੱਲ ਉਹਨਾਂ ਦੀ ਸੁਪਨਿਆਂ ਦੀ ਆਉਂਦੀ ਹੈ, ਔਰ ਜਦ ਬਾਦਸ਼ਾਹਤ ਦੀ ਆਉਂਦੀ ਹੈ, ਕਿਉਂਕਿ ਜਦ ਇਸ ਕੰਟਰੀ ਦੇ ਵਿੱਚ ਅਸੀਂ ਅਮੈਰੀਕਨ ਡਰੀਮ ਲੈ ਕੇ ਆਉਂਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਸਾਰੇ ਡਰੀਮਸ ਨੂੰ ਪੂਰਾ ਕਰੀਏ। ਲੇਕਿਨ ਇਸ ਸ਼ਖਸੀਅਤ ਨੇ ਉਸ ਡਰੀਮ ਨੂੰ ਆਪਣੀ ਜਵਾਨੀ ਦੇ ਵਿੱਚ ਹੀ, ਯਾਨੀ ਕਿ 25 ਸਾਲਾਂ ਦੀ ਉਮਰਾਂ ਦੇ ਵਿੱਚ ਹੀ ਪੂਰਾ ਕਰ ਲਿਆ ਸੀਗਾ। ਉਹ ਬਿਜ਼ਨਸਮੈਨ ਤੋਂ ਸਕਸੈਸਫੁਲ ਬਿਜ਼ਨਸਮੈਨ ਬਣਨ ਦੀ ਕਹਾਣੀ ਅੱਜ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਮੈਂ ਉਸ ਸ਼ਖਸੀਅਤ ਨਾਲ ਕਰਾਂਗਾ ਜਿਹਦੇ ਨਾਲ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ। ਉਸ ਜਵਾਨੀ ਦੇ ਵਿੱਚ ਉਸ ਮੁੰਡੇ ਨੇ ਇੱਕ ਸੁਪਨਾ ਆਪਣੇ ਮਨ ਦੇ ਵਿੱਚ ਸੋਚਿਆ ਸੀਗਾ ਕਿ ਜਿਵੇਂ ਸ਼ਾਹਜਹਾਂ ਨੇ ਮੁਮਤਾਜ਼ ਦੇ ਲਈ ਉਹ ਤਾਜ ਮਹਿਲ ਬਣਵਾਇਆ ਸੀਗਾ, ਮੈਂ ਅਜਿਹੇ ਤਾਜ ਮਹਿਲ ਅਮੈਰੀਕਾ ਦੀ ਧਰਤੀ ਦੇ ਵਿੱਚ ਖੜ੍ਹੇ ਕਰਨੇ ਹਨ। ਔਰ ਜਦ ਗੱਲ ਨਿਊਯਾਰਕ ਦੀ ਆਉਂਦੀ ਹੈ, ਔਰ ਜਦ ਗੱਲ ਲੌਂਗ ਆਈਲੈਂਡ ਦੀ ਆਉਂਦੀ ਹੈ, ਤਾਂ ਸੈੱਲਫੋਨ ਦੇ ਬਿਜ਼ਨਸ ਤੋਂ ਸਟਾਰਟ ਕਰਦੇ ਹੋਏ ਉਸ ਸੁਪਨੇ ਨੂੰ ਹੌਲੀ ਹੌਲੀ ਉਹ ਬੁਲੰਦੀਆਂ ਦੀਆਂ ਪੌੜੀ ਚੜ੍ਹਦੇ ਗਏ। ਔਰ ਜਿਵੇਂ ਹੀ 2014 ਆਇਆ ਤਾਂ ਉਹਨਾਂ ਦਾ ਜਿਹੜਾ ਸਭ ਤੋਂ ਅਹਿਮ ਸੁਪਨਾ ਸੀਗਾ ਘਰ ਨੂੰ ਬਣਾਉਣ ਦਾ, ਔਰ ਉਸ ਬਾਦਸ਼ਾਹਤ ਨੂੰ ਬਰਕਰਾਰ ਰੱਖਣ ਦਾ, ਔਰ ਜਿਵੇਂ ਮੁਮਤਾਜ਼ ਨੇ ਸ਼ਾਹਜਹਾਂ ਨੂੰ ਕਿਹਾ ਸੀਗਾ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਭ ਤੋਂ ਵੱਡਾ ਕੰਮ ਕੀਤਾ ਹੈ, ਅਤੇ ਅਜਿਹੇ ਤਾਜ ਮਹਿਲ ਲੌਂਗ ਆਈਲੈਂਡ ਦੇ ਵਿੱਚ ਬਣਾਉਣੇ ਸ਼ੁਰੂ ਕਰ ਦਿੱਤੇ। ਔਰ ਮੈਂ ਜ਼ਰੂਰ ਕਹਾਂਗਾ ਕਿ ਸਭ ਤੋਂ ਪਹਿਲੇ ਤਾਜ ਮਹਿਲ ਬਣਾਉਣੇ ਇਸ ਸ਼ਖਸੀਅਤ ਨੇ ਹੀ ਸ਼ੁਰੂ ਕੀਤੇ ਸੀਗੇ। 25 ਸਾਲ ਦੀ ਉਮਰ ਦੇ ਵਿੱਚ ਉਹ ਸੁਪਨਾ ਸੀਗਾ ਜੋ ਕਿ ਸਾਕਾਰ ਹੁੰਦਾ 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 10-15 ਸਾਲ ਬਾਅਦ ਸਾਕਾਰ ਹੋਇਆ, ਔਰ ਸਭ ਤੋਂ ਪਹਿਲਾ ਤਾਜ ਮਹਿਲ, ਯਾਨੀ ਕਿ ਸਭ ਤੋਂ ਸੋਹਣਾ ਔਰ ਵੱਡਾ ਔਰ ਸਭ ਤੋਂ ਮਹਿੰਗਾ ਘਰ ਜਿਹੜਾ ਸੀਗਾ ਮਿਲੀਅਨਸ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਟੌਪ ਡੋਲਰ ਰੇਟ ਦੇ ਉੱਤੇ, ਉਹਨੂੰ ਬਣਾਇਆ ਵੀ ਅਤੇ ਉਹਨੂੰ ਵੇਚਿਆ ਵੀ। ਫੇਸਬੁੱਕ ਦੇ ਉੱਤੇ ਗੱਲਾਂ ਬਾਤਾਂ ਉਹਨਾਂ ਦੀ ਪੂਰੀਆਂ, ਸੋਸ਼ਲ ਮੀਡੀਆ ਦੇ ਵਿੱਚ ਜਿੱਥੇ ਚਲੇ ਜਾਓ ਉੱਥੇ ਉਹਨਾਂ ਦੀ ਗੱਲਾਂ ਬਾਤਾਂ ਪੂਰੀਆਂ। ਐਂਟਰਟੇਨਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਗੱਲਾਂ ਬਾਤਾਂ ਪੂਰੀਆਂ, ਗਲੈਮਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਗੱਲਾਂ ਬਾਤਾਂ ਪੂਰੀਆਂ। ਜਿਸ ਵੀ ਫੀਲਡ ਦੇ ਵਿੱਚ ਚਲੇ ਜਾਓ ਉਸ ਫੀਲਡ ਦੇ ਵਿੱਚ ਉਹਨਾਂ ਨੇ ਆਪਣੀ ਬਾਦਸ਼ਾਹਤ ਨੂੰ ਬਰਕਰਾਰ ਰੱਖਿਆ। ਮੇਰੇ ਨਾਲ ਮੌਜੂਦ ਨੇ ਵਨ ਐਂਡ ਓਨਲੀ ਐਡੀ ਮਲਹੋਤਰਾ। ਸਤਿ ਸ਼੍ਰੀ ਅਕਾਲ ਭਾਅ ਜੀ, ਹਾਊ ਆਰ ਯੂ? ਬ੍ਰਦਰ ਵੈਰੀ ਗੁੱਡ, ਐਂਡ ਯੋਰਸੈਲਫ? ਤੁਸੀਂ ਤਾਂ ਬੜਾ ਵੱਡਾ ਬਾਦਸ਼ਾਹ ਬਣਾਤਾ ਹੈ, ਲੇਕਿਨ ਮੈਂ ਇੱਕ ਗੱਲ ਕਹਾਂਗਾ ਸਰ, ਮੇਰਾ ਤਾਜ ਮਹਿਲ ਪਹਿਲਾਂ ਮੈਂ ਸ਼ਾਹਜਹਾਂ ਜਿਹੜੀ ਮੁਮਤਾਜ਼ ਨੇ ਮੇਰੇ ਲਈ ਬਣਾਇਆ ਸੀਗਾ, ਅਤੇ ਸਾਰੇ ਤਾਜ ਮਹਿਲ ਜਿਹੜੀ ਮੇਰੀ ਕੰਪਨੀ ਮਾਈ ਡਿਵੈਲਪਮੈਂਟ ਹੈ ਉਹ ਮਾਈ ਬੇਬੀ ਬਣਾਉਂਦੀ ਹੈ ਭਾਅ ਜੀ। ਇਹ ਸ਼ਾਹਜਹਾਂ ਤਾਜ ਮਹਿਲ ਹੀ ਬਣਾ ਰਿਹਾ, ਇੱਥੇ ਪੁੱਠਾ ਮੁਮਤਾਜ਼ ਬਣਾ ਕੇ ਦੇ ਰਹੀ ਹੈ ਕਿ ਸਾਰੇ ਬਾਕੀ ਸ਼ਾਹਜਹਾਂਵਾਂ ਨੂੰ ਸਮਝਾਉਣ ਲਈ ਕਿ ਕੁੜੀਓ ਖੜ੍ਹੇ ਹੋ ਜਾਓ ਐਂਡ ਟੈਲ ਯੋਰ ਹਸਬੈਂਡਸ ਟੂ ਗੋ ਬਿਲਡ ਯੋਰ ਕਸਟਮ ਹੋਮ। ਅਫਕੋਰਸ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀਗਾ, ਐਡੀ ਵੀ ਉਸ ਫਲਸਫੇ ਦੇ ਉੱਤੇ ਚੱਲਦੇ ਹੋਏ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਮਾਂ ਨੂੰ ਅਸੀਂ ਬੁਰਾ ਨਹੀਂ ਆਖ ਸਕਦੇ, ਅਸੀਂ ਧੀਆਂ ਨੂੰ ਬੁਰਾ ਨਹੀਂ ਆਖ ਸਕਦੇ, ਕਿਉਂਕਿ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ, ਇਸ ਮੁਕਾਮ 'ਤੇ ਪਹੁੰਚੇ ਹਾਂ। ਇਹ ਮੰਨਣਾ ਹੈਗਾ ਐਡੀ ਦਾ, ਇਹਨਾਂ ਦੀ ਜ਼ਿੰਦਗੀ ਦਾ ਫਲਸਫਾ ਹੈਗਾ ਕਿ ਜੋ ਵੀ ਚੀਜ਼ ਕਮਾਓ ਆਪਣੇ ਲਈ ਕਮਾਓ, ਔਰ ਆਪਣੇ ਮਾਪਿਓ ਨੂੰ ਜ਼ਰੂਰ ਯਾਦ ਰੱਖੋ ਔਰ ਉਹਨਾਂ ਦਾ ਸਤਿਕਾਰ ਕਰੋ। ਔਰ ਐਡੀ ਕਹਿੰਦੇ ਹਨ ਇਟਸ ਮਾਈ ਬੇਬੀ, ਇਟਸ ਮਾਈ ਹੋਮ ਐਂਡ ਇਟਸ ਮਾਈ ਡਿਵਲਪਮੈਂਟ। ਕੀ ਹੈ ਮਾਈ ਡਿਵਲਪਮੈਂਟ ਦੀ ਸਕਸੈਸ ਸਟੋਰੀ ਦਾ ਰਾਜ, ਕਰਾਂਗੇ ਅੱਜ ਪੜਤਾਲ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਅਤੇ ਵੈਸੇ ਕਈ ਸਾਰੇ ਘਰ ਅਸੀਂ ਮੁਆਇਨੇ ਕੀਤੇ, ਲੇਕਿਨ ਅੱਜ ਐਡੀ ਭਾਅ ਜੀ ਦੇ ਨਾਲ ਅਤੇ ਉਹਨਾਂ ਦੇ ਦੋਸਤ ਦੇ ਨਾਲ ਇਸ ਘਰ ਦਾ ਮੁਆਇਨਾ ਕਰਨ ਨੂੰ ਮਿਲ ਰਿਹਾ। ਜੈਰੀਕੋ ਦਾ ਸਭ ਤੋਂ ਮਹਿੰਗਾ ਘਰ, ਔਰ ਬਹੁਤ ਹੀ ਵਧੀਆ ਇੱਥੇ ਸਕੂਲ ਡਿਸਟ੍ਰਿਕਟ ਹੈ, ਅਮੈਰੀਕਾ ਦੀ ਨੰਬਰ 1 ਸਕੂਲ ਡਿਸਟ੍ਰਿਕਟ ਹੈ। ਅੱਜ ਅਸੀਂ ਜੈਰੀਕੋ ਦੇ ਇਸ ਘਰ ਦੇ ਵਿੱਚ ਖੜ੍ਹੇ ਹਾਂ, ਇਸ ਮੈਨਸ਼ਨ ਦੇ ਵਿੱਚ ਖੜ੍ਹੇ ਹਾਂ। ਬਹੁਤ ਸੋਹਣਾ ਘਰ ਬਣਾਇਆ ਭਾਅ ਜੀ, ਇਟਸ ਵੈਰੀ ਬਿਊਟੀਫੁਲ। ਸੋ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਜੈਰੀਕੋ ਮੈਨਸ਼ਨ ਦੇ ਵਿੱਚ ਇਸ ਟਾਈਮ ਖੜ੍ਹੇ ਹਾਂ ਵਿਦ ਐਡੀ ਮਲਹੋਤਰਾ ਫਰੋਮ ਮਾਈ ਡਿਵਲਪਮੈਂਟ। ਆਪਾਂ ਤੁਹਾਨੂੰ ਦੱਸ ਰਹੇ ਸੀਗੇ ਕਿ ਤਾਜ ਮਹਿਲ ਸ਼ਾਹਜਹਾਂ ਨੇ ਜਿਹੜਾ ਸੀਗਾ ਉਹ ਮੁਮਤਾਜ਼ ਲਈ ਬਣਾਇਆ, ਲੇਕਿਨ ਕਹਿੰਦੇ ਹਿਸਟਰੀ ਰਿਪੀਟ ਹੁੰਦੀ ਹੈ, ਅਤੇ ਅੱਜ ਹਿਸਟਰੀ ਰਿਪੀਟ ਹੋਈ ਹੈ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਵਿੱਚ। ਇਹ ਜਿਹੜਾ ਜੈਰੀਕੋ ਮੈਨਸ਼ਨ ਹੈ
ਇਹ ਤਾਜ ਮਹਿਲ ਤੋਂ ਵੀ ਬਾਕਮਾਲ ਹੈਗਾ, ਬਹੁਤ ਸੋਹਣਾ ਬਣਿਆ ਹੋਇਆ। ਲੇਕਿਨ ਇੱਥੇ ਹਿਸਟਰੀ ਰਿਪੀਟ ਕਿਵੇਂ ਹੋਈ ਹੈ ਕਿ ਮੁਮਤਾਜ਼ ਮਹਿਲ ਨੇ ਸ਼ਾਹਜਹਾਂ ਲਈ ਬਣਾਇਆ, ਰਾਈਟ? ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਕੋਈ ਸ਼ਾਹਜਹਾਂ ਆਪਣੀ ਮੁਮਤਾਜ਼ ਲਈ ਇਸਨੂੰ ਖਰੀਦੇ, ਕਿਉਂਕਿ ਸਾਨੂੰ 3 ਸਾਲ ਲੱਗ ਗਏ ਇਹ ਤਾਜ ਮਹਿਲ ਬਣਾਉਂਦੇ ਨੂੰ। ਅਤੇ ਜਿੱਦਾਂ ਕਿ ਮੈਂ ਪਹਿਲੇ ਉਸ ਤੁਹਾਨੂੰ ਵਨੈਸਾ ਨੇ ਦੱਸਿਆ ਕਿ ਅਸੀਂ ਕੋਈ ਵੀ ਘਰ ਬਣਾਉਂਦੇ ਹਾਂ ਉਹਦੇ ਅੰਦਰ ਦ ਫੋਕਸ ਇਜ਼ ਇਟਸ ਆਲ ਆਫ ਦੈਮ ਬਿਲਡ ਬਾਏ ਮਾਈ ਬੇਬੀ ਰਾਈਟ ਪਵੀਤ, ਹੂ ਇਜ਼ ਆਲਸੋ ਦਾ ਸੀ ਈਓ ਆਫ ਦਾ ਕੰਪਨੀ ਮਾਈ ਡਿਵੈਲਪਮੈਂਟ। ਅਤੇ ਇੱਕ ਔਰਤ ਨੇ ਬਣਾਇਆ ਮਕਾਨ ਔਰਤ ਲਈ, ਰਾਈਟ? ਇੱਕ ਮਾਂ ਨੇ ਬਣਾਇਆ ਮਾਂ ਲਈ, ਐਂਡ ਸੋ ਔਨ ਸੋ ਫੋਰਥ, ਬਿਕੋਜ਼ ਕੋਈ ਤਾਂ ਫੈਮਿਲੀ ਆ ਕੇ ਇੱਥੇ ਆਪਣੇ ਬੱਚੇ ਪਾਲੇਗੀ। ਔਰ ਜੈਰੀਕੋ ਸਕੂਲ ਡਿਸਟ੍ਰਿਕਟ ਜਿਹੜਾ ਮੈਂ ਤੁਹਾਨੂੰ ਦੱਸਿਆ ਨੰਬਰ 1 ਸਕੂਲ ਡਿਸਟ੍ਰਿਕਟ ਹੈ, ਟੈਕਸਿਸ ਘੱਟ ਨੇ, ਇਟ ਇਜ਼ ਦ ਤਾਜ ਮਹਿਲ ਐਟ ਦ ਬੈਸਟ ਪ੍ਰਾਈਸ, ਰੈਡੀ ਟੂ ਕਮ ਫੋਰ ਕੋਈ ਵੀ ਰਾਜਾ ਅਤੇ ਰਾਣੀ ਆ ਕੇ ਰਵਨ। ਕਿਆ ਬਾਤ ਹੈ! ਅਤੇ ਹੁਣ ਇਹ ਘਰ ਕਿਹੜਾ ਰਾਜਾ ਲਊਗਾ ਆਪਣੀ ਰਾਣੀ ਲਈ, ਜਾਂ ਫਿਰ ਕਿਹੜੀ ਰਾਣੀ ਇਸ ਘਰ ਨੂੰ ਪਸੰਦ ਕਰੇਗੀ, ਇਹ ਵੇਖਣਾ ਹੋਏਗਾ। ਕਿਉਂਕਿ ਇਸ ਘਰ ਦੇ ਵਿੱਚ ਰਹਿ ਕੇ ਹੀ ਉਹ ਕਿੰਗ ਅਤੇ ਕੁਈਨ ਵਾਲੀ ਫੀਲਿੰਗ ਜ਼ਰੂਰ ਆਏਗੀ, ਕਿਉਂਕਿ ਘਰ ਬਣਿਆ ਹੀ ਇੰਨਾ ਬਾਕਮਾਲ ਹੈ। ਮੇਰੀ ਕੋਹੋਸਟ ਵੈਨੈਸਾ ਵੀ ਮਾਈ ਡਿਵੈਲਪਮੈਂਟ ਦੇ ਬਾਰੇ ਜਾਣਨ ਆਈ ਸੀਗੀ ਐਡੀ ਭਾਅ ਜੀ ਤੋਂ, ਔਰ ਕਿਸ ਤਰੀਕੇ ਦੀ ਗੱਲਬਾਤ ਹੋਈ ਆਓ ਵੇਖਦੇ ਹਾਂ। ਪਹਿਲੇ ਵੈਨੈਸਾ ਦੀ ਇੰਟਰਵਿਊ ਭਾਅ ਜੀ ਹੋਰਾਂ ਦੇ ਨਾਲ, ਉਸ ਤੋਂ ਬਾਅਦ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਗੱਲਾਂ ਬਾਤਾਂ ਰੱਖਾਂਗੇ ਜਾਰੀ। We've spoken about your projects, we've seen what my development has going on, but we have to take it back to my development's very first project, which we are blessed to be in at this moment. Okay. I want to know details about your home. It's a great question because this is where it all started. Like any other man, I fell in love with my baby when I was young and was out there to go shop for a house. I saw about 80 to 100 homes that I went about. Everything. Some home had this but didn't have that. Some home had this, so we decided in my early 20s to go build a custom home. Every little detail, we said, hey, we have a pool. It's we asked what we need, what you need, right. We build. And it's, we call it my development, because it's my life. It's my love, it's my house, it's my happiness, it's my sadness, it's everything is mine, and my perception will become reality. So we perceive life as a happy life, and we believe that we can customize our perception so we can customize our house where we live in. Being that your home initiated my development, from what I see, you have amazing chandeliers, the finishings, the paint on the ceiling and the crown molding is amazing. Can you tell me a little bit about those tiny details that went into your home? It's the little detail that makes my development my development. So making a home, we're not an average builder who's going out there and putting out Home Depot products and whatnot. Like I said, every house is a dream. So we go in, what your taste is, somebody likes this, somebody likes that. In my case, I wanted to feel like a French king. So I gave it a little French chateau slash many different type of a look. Which would explain a lot of the paints on the crown molding. I want to go into that because it's just astonishing. Every single thing that you see here is hand painted, like with brushes. That's what you see and hear about. Hey, I went to Vatican and I saw this painting. And I mean, there was an artist from Canada who kind of spent 3 months painting every single little detail here. So detail is what my development is all about, is what Praveet, the CEO of my development, is best off, is the detail. It's the little things that counts, from the little chandeliers to the crown moldings, to the floor, to the parquet floors, and every single detail, to a little tap into the thing that has too much to go with the color flow and the sequence of the house. But again, customize. You might like black, I might like white. Doesn't matter, it's a choice, but we can customize both. So that's what my development is all about. You heard it from Eddie Malorcha himself, the man behind My Life. Creator of My Development, your one-stop shop to your dream home. ਤੁਸੀਂ ਵੇਖੀ
my development di kahani. So Paji, why my development and why you came into this business? Brother, it's part of my life that you keep hearing me say all the time. Aur kar, roti, kapda aur makan, apni zindagi di badi pyari ahmiyat hundi. Assi sare kehne hain Gucci te Prada te eh te oh te kar vi custom hona chahida hai, because saadi zindagi de andar jidda ki tusi mainu Vanessa nu kehnde suniya ke saadi zindagi de andar saade custom education, custom love, so assi pyar apna custom labde haan te us rani nu ਇੱਕ ਕਸਟਮ ਘਰ ਬਣਾਉਣ ਲਈ ਮੈਂ ਆਪਣਾ ਘਰ ਬਣਾਇਆ ਪਹਿਲਾਂ, ਜਦਕਿ ਦੱਸਾਂ ਕਿ 27 ਸਾਲ ਦਾ ਸੀਗਾ ਜਿਹੜਾ ਤੁਸੀਂ ਦੇਖਿਆ, ਅਤੇ ਹੁਣ ਇਹ ਜੈਰੀਕੋ ਮੈਨਸ਼ਨ ਜਿਹੜਾ ਜੈਰੀਕੋ ਤਾਂ ਸਭ ਤੋਂ ਵੱਡਾ, 7 ਬੈਡਰੂਮਸ, 3 ਕਾਰ ਗੈਰਾਜ ਐਂਡ ਗੋ ਸੋ ਔਨ ਐਂਡ ਔਨ ਕਿ ਦਿਸ ਇਜ਼ ਦ ਬੈਸਟ ਥਿੰਗ ਦੈਟ ਦੇਰ ਇਜ਼ ਇਨ ਦ ਫੋਰ ਅ ਕਸਟਮਰ. ਅਤੇ ਮਾਈ ਡਿਵੈਲਪਮੈਂਟ ਦੀ ਨੀਵ ਪਿਆਰ 'ਤੇ ਹੈ. Everything is about love. We keep love in the focus of building a house, because the family that loves each other and live together should be customized. We took that thought and built you this beautiful Jericho mansion. Bilkul, Eddie ji, main janna chahunga ki tell me more about this house, ki ki khasiyat hai aur kinna da tusi price rakhe hai aur ki kuch availability hai neighborhood de vich ki kuch hega, so sade jehde viewers ne oh jald to jald tade to appointment kara saken. Te Jericho is karke kyunki har maa pe chahunde hai ki unna de bachiyan di education ਉਹ ਨੰਬਰ 1 ਹੋਏ. ਜੈਰੀਕੋ ਸਕੂਲ ਡਿਸਟ੍ਰਿਕਟ ਲੋਂਗ ਆਈਲੈਂਡ ਦਾ ਹੀ ਨਹੀਂ, ਅਮੈਰੀਕਾ ਦਾ ਨੰਬਰ 1 ਸਕੂਲ ਡਿਸਟ੍ਰਿਕਟ ਹੈ. ਇਸੇ ਕਰਕੇ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਜਿਹੜੀ ਵੀ ਫੈਮਿਲੀ ਰਹੇ ਉਹ ਆਪਣੇ ਬੱਚਿਆਂ ਲਈ ਐਜੂਕੇਸ਼ਨ ਨੰਬਰ 1 ਰੱਖਦੀ ਹੈ. ਇਜ਼ ਵਾਈ ਜੈਰੀਕੋ 7800 ਸਕੁਏਅਰ ਫੁੱਟ ਦੀ ਇਹਦੀ ਸਕੁਏਅਰ ਫੁੱਟੇਜ ਹੈਗੀ ਹੈ. 7 ਬੈਡਰੂਮ ਨੇ, 3 ਕਾਰ ਗਰਾਜ ਹੈਗਾ, ਸਕੂਲ ਤੁਹਾਡੇ 2 ਮਿੰਟ ਦੂਰ ਹੈਗਾ, ਵਿਲੇਜ ਟੈਕਸਿਸ ਨਹੀਂ ਹੈਗੇ ਬਿਕੋਜ਼ ਇਹ ਜੈਰੀਕੋ 'ਚ ਹੈਗਾ, ਨਹੀਂ ਤਾਂ ਇੰਨਾ ਵੱਡਾ ਘਰ ਬਰੁਕ ਵਿਲੇਜ ਜਾਂ ਮਟਨ ਟਾਊਨ 'ਚ ਹੁੰਦਾ ਹੈ ਜਿੱਥੇ ਤੁਹਾਨੂੰ ਵਿਲੇਜ ਟੈਕਸ ਵੀ ਪੇ ਕਰਨਾ ਪੈਂਦਾ ਹੈ. ਜੈਰੀਕੋ ਇਜ਼ ਨੋਟ ਅ ਵਿਲੇਜ, ਅਤੇ ਤੁਸੀਂ ਉਹਨ ਟੈਕਸਿਸ ਤੋਂ ਵੀ ਬਚਤ ਪਾਉਂਦੇ ਹੋ. ਆਫਕੋਰਸ, ਸੋ ਜਿਹੜਾ ਟੀ ਵੀ ਸਕਰੀਨ ਦੇ ਉੱਤੇ ਨੰਬਰ ਹੈ ਚੱਲ ਰਿਹਾ, ਇਸ ਨੰਬਰ ਦੇ ਉੱਤੇ ਹੁਣੇ ਤੁਸੀਂ ਐਡੀ ਮਲਹੋਤਰਾ ਜੀ ਨੂੰ ਕਾਲ ਕਰੋ ਅਤੇ ਆਪਣੀ ਅਪੁਆਇੰਟਮੈਂਟ ਫਿਕਸ ਕਰੋ, ਅਤੇ ਅਪੁਆਇੰਟਮੈਂਟ ਫਿਕਸ ਕਰਨ ਦੇ ਨਾਲ ਨਾਲ ਤੁਸੀਂ ਇਸ ਘਰ ਦਾ ਜਿਹੜਾ ਜਾਇਜ਼ਾ ਉਹ ਵੀ ਆ ਕੇ ਲੈ ਸਕਦੇ ਹੋ, ਅਤੇ ਓਪਨ ਹਾਊਸਿਸ ਤੁਸੀਂ ਬਕਾਇਦਾ ਰੱਖਦੇ ਹੋ ਹਰ ਵੀਕਐਂਡ 'ਤੇ, ਫਰਾਈਡੇ, ਸੈਟਰਡੇ ਐਂਡ ਸੰਡੇ 'ਤੇ ਦੁਪਹਿਰੀ ਓਪਨ ਹਾਊਸਿਸ ਹੁੰਦੇ ਆ, ਤੁਸੀਂ ਕਿਸੇ ਵੀ ਵੀਕਐਂਡ 'ਤੇ ਆ ਕੇ ਦੇਖ ਸਕਦੇ ਹੋ. ਜਿਹੜੇ ਵੀ ਦਰਸ਼ਕ ਨਿਊਯਾਰਕ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਬਾਹਰ ਆ ਕੇ ਵਸਣਾ ਚਾਹੁੰਦੇ ਆ ਲੋਂਗ ਆਈਲੈਂਡ ਦੇ ਇਸ ਏਰੀਏ ਦੇ ਵਿੱਚ, ਜੈਰੀਕੋ ਜਿਵੇਂ ਐਡੀ ਜੀ ਨੇ ਦੱਸਿਆ ਕਿ ਇੱਥੇ ਦੀ ਨੰਬਰ 1 ਅਮੈਰੀਕਾ ਦੀ ਸਕੂਲ ਡਿਸਟ੍ਰਿਕਟ ਹੈਗੀ ਹੈ, ਔਰ ਜਿਹੜਾ ਨੇਬਰਹੁੱਡ ਹੈਗਾ ਉਹ ਵੀ ਬਾਕਮਾਲ ਆਲੀਸ਼ਾਨ ਹੈ, ਤਾਂ ਤੁਹਾਨੂੰ ਫੀਲ ਆਉਂਦੀ ਹੈ. ਕਈ ਸਾਰੇ ਲੋਕ ਹੁਣ ਰਿਟਾਇਰਮੈਂਟ ਲੈ ਕੇ ਸਕੂਨ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ, ਸੋ ਉਹਨਾਂ ਦੇ ਲਈ ਵੀ ਇਹ ਘਰ ਬਹੁਤ ਵਧੀਆ ਹੈਗਾ. ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ, ਆਪਣੀ ਫੈਮਿਲੀ ਦੇ ਨਾਲ ਸ਼ਿਫਟ ਹੋਣਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ. ਖਾਸ ਤੌਰ ਦੇ ਉੱਤੇ ਜੋ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਵਧੀਆ. ਤੁਸੀਂ ਇਸ ਪ੍ਰੋਪਰਟੀ ਉੱਤੇ ਇਨਵੈਸਟ ਕਰਕੇ ਵੀ ਅੱਗੇ ਜਿਹੜਾ ਹੈਗਾ ਪ੍ਰੋਫਿਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਮਾ ਸਕਦੇ ਹੋ. ਔਰ ਜਿਹੜੇ ਵੀ ਬ੍ਰੋਕਰ ਔਰ ਰੀਅਲ ਇਸਟੇਟ ਏਜੰਟ ਇਸ ਸ਼ੋਅ ਨੂੰ ਵੇਖ ਰਹੇ ਨੇ ਉਹਨਾਂ ਦੇ ਲਈ ਵੀ ਮੌਕਾ ਹੈਗਾ ਵਧੀਆ ਕਮਿਸ਼ਨ ਕਮਾਉਣ ਦਾ, ਤਾਂ ਤੁਸੀਂ ਹੁਣੇ ਹੀ ਐਡੀ ਮਲਹੋਤਰਾ ਜੀ ਨੂੰ ਇਸ ਨੰਬਰ ਦੇ ਉੱਤੇ ਕਾਲ ਕਰੋ ਔਰ ਇਸ ਘਰ ਦੀ ਅਪੁਆਇੰਟਮੈਂਟ ਫਿਕਸ ਕਰੋ, ਜਾਂ ਫਿਰ ਓਪਨ ਹਾਊਸਿਸ ਲਈ ਤੁਸੀਂ ਆ ਸਕਦੇ ਹੋ ਫਰਾਈਡੇ, ਸੈਟਰਡੇ, ਸੰਡੇ ਨੂੰ. ਕਿ ਤੁਸੀਂ ਸਾਰੇ ਕਿਹਾ ਰੀਅਲ ਇਸਟੇਟ ਏਜੰਟਸ ਐਂਡ ਬ੍ਰੋਕਰਸ, ਪਲੀਜ਼ ਕਾਲ ਮੀ ਡਾਇਰੈਕਟਲੀ, ਸੋ ਵੀ ਆਰ ਵਰਕਿੰਗ ਵਿਦ ਆਲ ਆਫ ਯੂ. ਅਤੇ ਸਾਰੀਆਂ ਆਂਟੀਆਂ ਸੁਣਦੀਆਂ ਹੋਈਆਂ ਉਹ ਜ਼ਰੂਰ ਸੁਣਨ, ਕਿਉਂਕਿ ਮੇਰੇ ਤੋਂ ਹਰ ਵਾਰ ਲੋਕ ਪੁੱਛਦੇ ਆ ਕਿ ਐਡੀ ਭਾਅ ਜੀ ਪੈਸੇ ਕਿੱਦਾਂ ਬਣਾਉਣੇ ਆ, ਮੈਂ ਅਮਰੀਕਾ ਦੇ ਅੰਦਰ ਡਾਲਰ ਬਣਾਉਣ ਆਇਆ. ਅਤੇ ਇਸ ਘਰ ਦੀ ਰੈਕਮੈਂਡੇਸ਼ਨ ਲਈ ਤੁਸੀਂ ਅਗਰ ਕਸਟਮਰ ਰੈਕਮੈਂਡ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੇ ਪੈਸੇ ਬਣਾਉਂਦੇ ਹੋ, ਇੰਨੇ ਪੈਸੇ ਬਣਾਉਂਦੇ ਹੋ ਕਿ ਪੂਰੇ ਸਾਲ ਦਾ ਖਰਚਾ ਤੁਹਾਡਾ ਨਿਕਲ ਜਾਂਦਾ ਹੈ. $70,000 ਦੀ ਕਮਿਸ਼ਨ ਹੈ. ਜਿਹੜੀ ਵੀ ਆਂਟੀ ਮੈਨੂੰ ਕਾਲ ਕਰਕੇ ਕਹਿੰਦੀ ਹੈ ਨਹੀਂ ਫਲਾਣੇ ਇਹ ਮਕਾਨ ਲੈ ਲੈ, $70,000 ਮੇਰੇ ਤੋਂ ਆ ਕੇ ਲੈ ਜਾਓ. ਅਤੇ ਜਸ ਪੰਜਾਬੀ ਦੇ ਵਿਊਅਰਸ ਨਹੀਂ, ਪੈਸੇ ਬਣਾਉਣੇ ਵੀ ਮਾਈ ਡਿਵੈਲਪਮੈਂਟ ਲਈ, ਵੈਲਕਮ ਟੂ ਐਵਰੀਬਾਡੀ, ਵੈਲਕਮ ਟੂ ਮਾਈ ਲਾਈਫ, ਵੈਲਕਮ ਟੂ ਮਾਈ ਰੀਅਲ ਇਸਟੇਟ ਐਂਡ ਵੈਲਕਮ ਟੂ ਜੈਰੀਕੋ ਮੈਨਸ਼ਨ. ਆਫਕੋਰਸ, ਸੋ ਜਾਣਾਂਗੇ ਮਾਈ ਡਿਵੈਲਪਮੈਂਟ ਦੇ ਬਾਰੇ ਹੋਰ ਕੀ ਕੁਝ ਖਾਸ ਹੈਗਾ ਮਾਈ ਰੀਅਲ ਇਸਟੇਟ, ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਹਾਓ ਹੀ ਇਜ਼ ਆਲਸੋ ਟੈਲਿੰਗ ਯੂ ਕਮ ਐਂਡ ਪਾਰਟ ਆਫ ਦਿਸ ਡਿਵੈਲਪਮੈਂਟ ਐਂਡ ਮਾਈ ਰੀਅਲ ਇਸਟੇਟ ਆਫਟਰ ਦਿਸ ਸ਼ੋਰਟ ਬ੍ਰੇਕ. Hello, Sasikal.
I'm a very close associate friend of Eddie. Main Eddie da bahut purana te bahut changa dost ha. Ohna bare thodi jiyan gallan karanga. Eddie ek mahaan te ek shandar builder nahi, but ek bahut acha insaan te bahut hi changa dost bhi hai. Tusi Eddie paaji ne mera inna saath ditta har cheez te ki main kuch cheez koi jo apna nahi karda, oh Eddie paaji ne mere liye kita. ਉਹ ਇੱਕ ਬਹੁਤ ਅੱਛਾ ਦੋਸਤ, ਬਹੁਤ ਅੱਛਾ ਪਤੀ ਆਪਣੀ ਵਾਈਫ ਲਈ ਅਤੇ ਆਪਣੇ ਬੱਚਾ ਲਈ ਇੱਕ ਬਹੁਤ ਵਧੀਆ ਫਾਦਰ ਵੀ ਹੈ। ਜੇ ਇੰਨਾ ਸੋਹਣਾ ਮਹਿਲ ਜਿਹੜਾ ਉਹਨੇ ਬਣਾਇਆ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਤੁਸੀਂ ਸਾਰੇ ਆ ਕੇ ਦੇਖੋ, ਹੇਠਾਂ ਦੇਖੇ ਨੰਬਰ 'ਤੇ ਡਾਇਲ ਕਰੋ ਅਤੇ ਆਪਣੀ ਅਪੁਆਇੰਟਮੈਂਟ ਬਣਾਓ ਅਤੇ ਸਾਰੇ ਆ ਕੇ ਮਿਲੋ। ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਹੁਣ ਅਸੀਂ ਉੱਤੇ ਆ ਚੁੱਕੇ ਹਾਂ ਅਤੇ ਉੱਤੇ ਕੀ ਹੈਗਾ, ਖਾਸ ਤੌਰ ਉੱਤੇ ਬੈਡਰੂਮਸ ਕਿੰਨੇ ਨੇ ਔਰ ਕਿਸ ਤਰੀਕੇ ਦਾ ਬਾਥਰੂਮ ਜਿਹੜਾ ਹੈਗਾ ਉਹਨੂੰ ਫਿਨਿਸ਼ ਕੀਤਾ ਗਿਆ। ਸੋ ਵਿਲ ਹੈਵ ਅ ਲੁੱਕ ਅਪਸਟੇਅਰਸ। ਬਟ ਜਿਵੇਂ ਮੈਂ ਦੱਸ ਰਿਹਾ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਐਡੀ ਮਲਹੋਤਰਾ ਆਲਵੇਜ਼ ਟਾਕ ਅਬਾਊਟ ਮਾਈ ਲਾਈਫ ਐਂਡ ਮਾਈ ਰੀਅਲ ਇਸਟੇਟ। ਸੋ ਭਾਅ ਜੀ ਥੋੜ੍ਹਾ ਜਿਹਾ ਮੈਨੂੰ ਦੱਸੋ, what's the concept of this my life and my real estate? Paji pehla te mera mujh mein kuch nahi hai, jo kuch hai so tera, oh tera hai, kaun hai tera hai gaya mere bacche sir, right? Tin bachiyan da pyo aam hai te mere maa pyo kol GoPro te camera te iCloud nahi siga, right? Te yaadan chhad ke ja rahe hain sir, right? YouTube de chote je channel ch, right? Ki jide ch mera bachcha jithe marzi baitha hoye te apne bacche nu vikhaye dekh bhai tera dada 2020 ਕੀ ਕਰਦਾ ਹੁੰਦਾ ਸੀਗਾ, ਬਿਕੋਜ਼ ਵਟ ਇਜ਼ ਟੂਡੇ ਵਿਲ ਬਿਕਮ ਪਾਸਟ ਕੋਰਸ। ਅਤੇ ਇਹ ਪਾਸਟ ਸੀਗਾ ਜਦ ਅਸੀਂ ਜੈਰੀਕੋ ਮੈਂਸ਼ਨ ਸ਼ੁਰੂ ਕੀਤੀ, ਲੇਕਿਨ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਇਹ ਪ੍ਰੋਜੈਕਟ ਕੰਪਲੀਟ ਹੁੰਦਾ ਅਤੇ ਐਕਸਪੈਕਟ ਕਰਦੇ ਹਾਂ ਕਿ ਰਾਜਾ ਰਾਣੀ ਆ ਕੇ ਰਹਿਣ ਅਤੇ ਇੱਥੇ ਯਾਦਾਂ ਬਣਾਉਣ ਅਤੇ ਸਾਰ ਬਾਕੀ ਜ਼ਿੰਦਗੀ ਦੇ ਅੰਦਰ ਸਿਰਫ ਯਾਦਾਂ ਰਹਿ ਜਾਂਦੀਆਂ ਅਤੇ ਹੋਰ ਕੁਛ ਨਹੀਂ ਹੈ। ਤਾਂ ਅਸੀਂ ਇਹ ਮਕਾਨ ਜਿਹੜੇ ਬਣਾਉਂਦੇ ਹਾਂ ਅਤੇ ਤਾਜ ਮਹਿਲ ਜਿਹੜਾ ਤੁਸੀਂ ਕਿਹਾ, ਅਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਵਧੀਆ ਜਿਹੀ ਫੈਮਿਲੀ ਰਾਜਾ ਰਾਣੀ ਲੈ ਕੇ ਆਏ ਅਤੇ ਆਪਣੇ ਨਿਆਣਿਆਂ ਦੀ ਯਾਦਾਂ ਬਣਾ ਕੇ ਲਿਆਏ। ਅਤੇ ਮਾਈ ਲਾਈਫ ਦਾ ਕੋਨਸੈਪਟ ਵੀ ਇਹੀ ਹੈ ਕਿ ਬਈ ਵਧੀਆ ਵਧੀਆ ਫੈਮਿਲੀ ਦੇ ਨਾਲ ਵਧੀਆ ਘਰ 'ਚ ਰਹੋ ਅਤੇ ਯਾਦਾਂ ਬਣਾਓ ਅਤੇ ਸਾਰੇ ਇੱਕ ਦੂਸਰੇ ਨੂੰ ਰਿਮਾਈਂਡ ਕਰਾਉਂਦੇ ਰਹੋ, ਵੈਲਕਮ ਟੂ ਮਾਈ ਲਾਈਫ। ਕਿਆ ਬਾਤ ਹੈ। ਥੋੜ੍ਹਾ ਜਿਹਾ ਮੈਨੂੰ ਹੁਣ ਦੱਸੋ ਕਿ ਉੱਤੇ ਆਪਾਂ ਕੀ ਡਿਵੈਲਪ ਕੀਤਾ ਹੋਇਆ। ਉੱਤੇ ਸਾਡੇ ਕੋਲ ਮਾਸਟਰ ਸਵੀਟ ਇਹੋ ਜਿਹਾ ਹੈ ਜਿਹੜਾ ਕਿ ਤੁਹਾਨੂੰ ਹੁਣੇ ਦਿਖਾਉਂਦੇ ਹਾਂ ਕਿ ਇੱਕ ਰਾਜਾ ਰਾਣੀ ਲਈ ਬਣਿਆ। ਸੋ ਇਜ਼ ਇਸ ਬਾਥਰੂਮ। ਘਰ ਦੇ ਅੰਦਰ ਦੋ ਲਾਂਡਰੀਜ਼ ਨੇ ਕਿ ਰਾਣੀ ਨੂੰ ਨਾ ਉੱਪਰ ਜਾਣਾ ਪਏ ਬੇਸਮੈਂਟ 'ਚ ਅਤੇ ਨਾ ਥੱਲੇ ਜਾਣਾ ਪਏ। ਸੋ ਦਿਸ ਹਾਊਸ ਹੈਜ਼ ਟੂ ਲਾਂਡਰੀਜ਼, ਤਿੰਨ ਕਾਰ ਗਰਾਜ ਅਤੇ 7 ਬੈਡਰੂਮ ਦੇ ਅੰਦਰ ਆਪਣੇ ਆਪਣੇ ਪੂਰੇ ਕੰਪਲੀਟ ਬਾਥਰੂਮਸ ਹੈਗੇ ਨੇ, ਡਿਜ਼ਾਈਨਡ ਬਾਏ ਮਾਈ ਬੇਬੀ ਪਵੀਤ। ਅਤੇ 7 ਦੇ 7 ਬਾਥਰੂਮ ਯੂਨੀਕ ਨੇ, ਇੱਕ ਤੋਂ ਲੈ ਕੇ ਇੱਕ। ਵੀ ਇਨਕਰੇਜ ਯੂ, ਚਲੋ ਖਰੀਦਣਾ ਕੋਈ ਨਹੀਂ, ਆ ਕੇ ਤਾਜ ਮਹਿਲ ਵੇਖਦੇ ਜਾਓ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ 7 ਬੈਡਸ ਵਿਦ 7 ਬੈਥ, ਬਹੁਤ ਹੀ ਸੋਹਣੇ ਢੰਗ ਦੇ ਨਾਲ ਜਿਹੜਾ ਇੰਟੀਰੀਅਰ ਹੈ ਉਹ ਵੀ ਕੀਤਾ ਹੋਇਆ। ਬਾ ਕਮਾਲ ਸ਼ੈਂਡਲਰ ਤੁਸੀਂ ਵੇਖ ਰਹੇ ਹੋ ਪਿੱਛੇ ਲੱਗਿਆ ਹੋਇਆ, ਅਤੇ ਪੂਰੇ ਘਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੀ ਪੋਜ਼ਿਟਿਵਿਟੀ ਹੈ, ਕਿ ਲੱਗਦਾ ਹੈ ਕਿ ਵਾਕਈ ਕੋਈ ਬਾਦਸ਼ਾਹ ਇਸ ਘਰ ਦੇ ਵਿੱਚ ਰਹਿੰਦਾ ਔਰ ਬਾਦਸ਼ਾਹਤ ਕਾਇਮ ਕਰ ਰਿਹਾ ਜੈਰੀਕੋ ਦੇ ਵਿੱਚ, ਇਸ ਜੈਰੀਕੋ ਮੈਂਸ਼ਨ ਦੇ ਵਿੱਚ ਆ ਕੇ। ਭਾਅ ਜੀ ਕਿੰਨਾ ਕੁ ਪ੍ਰਾਈਜ਼ ਹੈਗਾ? ਭਾਅ ਜੀ ਪ੍ਰਾਈਸ ਲਈ ਨਾ ਮੈਨੂੰ ਕਾਲ ਕਰੋ, ਮੇਰਾ ਨੰਬਰ ਹੈ 9176640300, ਐਸੇ ਬਹਾਨੇ ਕਾਲ 'ਤੇ ਕਰੋਂਗੇ ਕਿ ਆ ਕੇ ਬਈ ਤਾਜ ਮਹਿਲ ਵਿਖਾ ਤੇ ਦਿਓ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਜਿਵੇਂ ਕਿ ਮੈਂ ਦਰਸ਼ਕਾਂ ਨੂੰ ਦੱਸ ਰਿਹਾ ਕਿ ਕੋਈ ਰੀਅਲ ਇਸਟੇਟ ਦੇ ਵਿੱਚ ਬ੍ਰੋਕਰ ਹੁੰਦਾ ਹੈ, ਕੋਈ ਮੋਰਟਗੇਜ ਦਾ ਕੰਮ ਕਰਦਾ, ਤਾਂ ਇਹ ਜਿਹੜੀ ਬੇਸਿਕਲੀ ਰੀਅਲ ਇਸਟੇਟ ਬਿਜ਼ਨਸ ਹੈਗਾ, ਬਹੁਤ ਵੱਡੇ ਪੱਧਰ 'ਤੇ ਜਿਹੜਾ ਬਿਜ਼ਨਸ ਹੈਗਾ, ਇਹਦੇ ਵਿੱਚ ਕਈ ਸਾਰੇ ਲੋਕਾਂ ਨੂੰ ਜੋਬਸ ਕ੍ਰੀਏਟ ਹੁੰਦੀ ਹੈ। ਕੋਈ ਪਲੰਬਿੰਗ ਕਰਦਾ ਹੈ, ਕੋਈ ਕੀ ਕਹਿੰਦੇ ਹੈ ਆਰਕੀਟੈਕਟ ਹੈ, ਕੋਈ ਇਲੈਕਟ੍ਰੀਸ਼ੀਅਨ ਹੈ, ਅਤੇ ਕਾਫੀ ਸਾਰੀ ਜੋਬਸ ਜਿਹੜੀ ਕ੍ਰੀਏਟ ਹੁੰਦੀ ਹੈ। ਬਹੁਤ ਬਾਕਮਾਲ ਉੱਤੇ ਜਿਹੜਾ ਹੈਗਾ 7 ਬੈਡਰੂਮਸ 7 ਬੈਥ ਜਿਹੜੇ ਤੁਸੀਂ ਬਣਾਏ ਹੋਏ ਨੇ, ਹਾਂਜੀ ਰਾਈਟ। ਸੋ ਬਹੁਤ ਵਧੀਆ ਤਰੀਕੇ ਨਾਲ, ਅਤੇ ਹੁਣ ਮੈਨੂੰ ਲੱਗਦਾ ਕਿ ਇੱਕ ਨਿੱਤ ਸਾਫ਼ ਰੱਖੀ ਆ, ਦੂਜੀ ਮਾਲਕ 'ਤੇ ਆਸ ਰੱਖੀ ਆ। ਮੈਨੂੰ ਨਹੀਂ ਲੱਗਦਾ ਲੱਗੇਗਾ ਟਾਈਮ ਜ਼ਿਆਦਾ, ਕਿਉਂਕਿ ਉਸ ਗੁਰੂ ਦੇ ਉੱਤੇ ਆਸ ਰੱਖੀ ਹੈ। ਕਿਆ ਬਾਤ, ਕਿਆ ਬਾਤ। ਸੋ ਹੁਣ ਕਹਿਣ ਦਾ ਮਤਲਬ ਹੈ ਕਿ ਜਿਹੜਾ ਜੈਰੀਕੋ ਮੈਂਸ਼ਨ ਹੈਗਾ ਉਹ ਵਾਕਈ ਹੀ ਸਾਨੂੰ ਇੰਨੀ ਪੋਜ਼ਿਟਿਵ ਐਨਰਜੀ ਦਿੰਦਾ ਹੈ ਕਿ ਇੱਥੇ ਕੋਈ ਵੀ ਆ ਕੇ ਰਹੇਗਾ ਅਤੇ ਮੈਨੂੰ ਲੱਗਦਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਉਸ ਪੋਜ਼ਿਟਿਵਿਟੀ ਦੇ ਨਾਲ ਨਿਭਾ ਕੇ ਰਹਿ ਸਕਦਾ। ਸੋ ਐਡੀ ਮਲਹੋਤਰਾ ਜੀ ਦਾ ਇਹੀ ਕੋਨਸੈਪਟ ਹੈਗਾ।
ਇਹਨਾਂ ਦਾ ਜਿਹੜਾ ਲਾਈਫ ਸਟਾਈਲ ਹੈਗਾ ਉਹ ਇਸ ਇੰਨੀ ਪੋਜ਼ਿਟਿਵਿਟੀ ਦੇ ਨਾਲ ਭਰਿਆ ਹੋਇਆ ਕਿ ਜਦ ਇਹ ਖੁਦ ਕੋਈ ਵੀ ਜਗ੍ਹਾ ਲੈਂਦੇ ਹਨ ਤਾਂ ਉਸ ਘਰ ਦੇ ਉੱਤੇ ਤਾਜ ਮਹਿਲ ਬਣਾ ਕੇ ਛੱਡ ਦਿੰਦੇ ਹਨ ਕਿ ਕੋਈ ਤਾਂ ਇੱਕ ਸੋਹਣੀ ਜਿਹੀ ਮੁਮਤਾਜ਼ ਆ ਕੇ ਰਹੇਗੀ ਔਰ ਇਸ ਸੁਪਨਿਆਂ ਦੇ ਘਰ ਨੂੰ, ਹਰ ਕਿਸੇ ਦੀ ਆਸ ਹੁੰਦੀ ਹੈ ਆਪਣੇ ਸੁਪਨਿਆਂ ਦਾ ਘਰ, ਤਾਂ ਉਸ ਸੁਪਨਿਆਂ ਦੇ ਘਰ ਨੂੰ ਆਪਣੇ ਹਿਸਾਬ ਦੇ ਨਾਲ ਸਾਕਾਰ ਕਰੇਗੀ ਔਰ ਆਪਣੀ ਜ਼ਿੰਦਗੀ ਨੂੰ ਇਸ ਸੋਹਣੇ ਜਿਹੇ ਘਰ ਦੇ ਵਿੱਚ ਆ ਕੇ ਵਧੀਆ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਅਪਬ੍ਰਿੰਗਿੰਗ ਦੇ ਕੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਵਿੱਚ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕਰੇਗੀ। ਤਾਂ ਹੁਣ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਲੱਭ ਰਹੇ ਹਾਂ ਉਸ ਮੁਮਤਾਜ਼ ਨੂੰ ਜੋ ਕਿ ਇਸ ਘਰ ਦੇ ਵਿੱਚ ਆਏਗੀ ਔਰ ਇਸ ਘਰ ਨੂੰ ਅੱਗੇ ਲੈ ਕੇ ਜਾਏਗੀ। ਹੁਣੇ ਹੀ ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਐਡੀ ਜੀ ਦੇ ਨਾਲ ਰਾਬਤਾ ਕਾਇਮ ਕਰੋ ਔਰ ਇਸ ਘਰ ਦੇ ਬਾਰੇ ਜੋ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਐਡੀ ਜੀ ਤੁਹਾਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਦੇਣਗੇ। ਹੁਣੇ ਹੀ ਆਪਣੀ ਅਪੁਆਇੰਟਮੈਂਟ ਫਿਕਸ ਕਰਕੇ ਐਡੀ ਮਲਹੋਤਰਾ ਨੂੰ ਕਾਲ ਕਰੋ ਔਰ ਲੈ ਸਕਦੇ ਹੋ ਤੁਸੀਂ ਵੀ ਆਪਣੇ ਸੁਪਨਿਆਂ ਦਾ ਘਰ। ਐਡੀ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੁਝ ਕਹਿਣਾ ਚਾਹੋਗੇ? ਆਪਣੇ ਆਪਣੇ ਲਈ ਇਹ ਨਹੀਂ ਅਤੇ ਆਪਣੀ ਆਪਣੀ ਮੁਮਤਾਜ਼ਾਂ ਲਈ ਕੋਈ ਨਾ ਕੋਈ ਤਾਜ ਮਹਿਲ ਬਣਾਓ। ਮੈਂ ਆਪਣੇ ਸਾਰੇ ਵੀਰਾਂ ਨੂੰ ਕਹਿਣਾ, ਟੇਕ ਯੋਰ ਫੈਮਿਲੀ ਐਂਡ ਮੇਕ ਯੋਰ ਮੈਮਰੀਜ਼ ਵਾਈਜ਼ਲੀ ਐਂਡ ਸੇ ਟੂ ਯੋਰ ਬੇਬੀ, ਵੈਲਕਮ ਟੂ ਮਾਈ ਲਾਈਫ। ਆਫਕੋਰਸ ਇਟਸ ਹਿਜ਼ ਲਾਈਫ, ਹਿਜ਼ ਡਿਵਲਪਮੈਂਟ ਐਂਡ ਹਿਜ਼ ਬੇਬੀ, ਬਟ ਹੀ ਇਜ਼ ਲੁਕਿੰਗ ਫੋਰ ਯੂ ਰਾਈਟ ਨਾਓ ਟੂ ਬਿਕਮ ਅ ਪਾਰਟ ਆਫ ਹਿਜ਼ ਲਾਈਫ, ਬਿਕੋਜ਼ ਐਂਡ ਆਫ ਦ ਡੇ ਇਟਸ my life. Hey, with yes, Eddie Mandotra, yes sir, Harkirat Singh Ahluwalia, director of broadcasting, Deepak Dhiman de naal, just Punjabi de layi.